ਅਸੀਂ ਉਹ ਡਿਮਾਂਡ ਕਰ ਰਹੇ ਹਾਂ ਪਿਛਲੇ 6 ਸਾਲ ਤੋਂ ਪਰ ਸਾਨੂੰ ਉਹਨਾਂ 'ਚ ਉਹ ਵੀ ਨਹੀਂ ਮਿਲ ਇੰਨਾ ਜ਼ਿਆਦਾ ਲੈਕ ਆਫ ਸਟੱਡੀ ਮਟੀਰੀਅਲ ਆ ਕਿ ਇੱਥੇ ਏਸੀ ਜੋਸ਼ ਲਾਇਬ੍ਰੇਰੀ ਆ ਉੱਥੇ ਜਾ ਕੇ ਅਸੀਂ ਪੜ੍ਹ ਹੀ ਨਹੀਂ ਸਕਦੇ ਸਾਡੇ ਲਈ ਕੋਈ ਬੁੱਕ ਨਹੀਂ ਹੈਗੀ ਨਾ ਸਾਨੂੰ ਇੱਥੇ ਰਾਈਟਰ ਮਿਲਦਾ ਐਗਜ਼ਾਮ ਲਈ ਜਿਹੜਾ ਅਸੀਂ ਰਾਈਟਰ ਲੈਣਾ ਹੁੰਦਾ ਉਹਦਾ ਪ੍ਰੋਸੀਜਰ ਬਹੁਤ ਜ਼ਿਆਦਾ ਲੰਬਾ ਚੌੜਾ ਉਹ 'ਚ ਸਾਰਾ ਦਿਨ ਲੰਘ ਜਾਂਦਾ ਸਾਡਾ ਮੀਟਿੰਗਸ ਹੋ ਜਾਂਦੀਆਂ ਨੇ ਮੀਟਿੰਗਸ ਆਸ਼ਵਾਸਨ ਦੇ ਦਿੱਤੇ ਜਾਂਦੇ ਆ ਕਿ ਅਸੀਂ ਇਹਨਾਂ ਨੂੰ ਸੋਲਵ ਕਰ ਲਾਂਗੇ ਪਰ ਹਫ਼ਤੇ ਵੀ ਜਾਂਦੇ ਆ ਮਹੀਨੇ ਵੀ ਜਾਂਦੇ ਆ ਸਾਲ ਵੀ ਜਾਂਦੇ ਆ ਅੱਜ ਤੱਕ ਸਾਨੂੰ ਇੱਕ ਵੀ ਮੰਗ ਨਹੀਂ ਹੈਗੀ ਜਿਹੜੀ ਸਾਡੀ ਪੂਰੀ ਹੋਈ ਹੋਵੇ ਸਰ ਮੰਗਾਂ ਸਾਡੀ ਇਹੀ ਹੈ ਕਿ ਅਸੀਂ ਸਟੂਡੈਂਟ ਹਾਂ ਇੱਥੇ ਪਹਿਲੀ ਗੱਲ ਤਾਂ ਸਾਡੇ ਲਈ ਲਾਇਬ੍ਰੇਰੀ 'ਚ ਕੁਛ ਰਿਸੋਰਸਿਸ ਹੋਣ ਜਿਨ੍ਹਾਂ ਨੂੰ ਕਰਕੇ ਅਸੀਂ ਪੜ੍ਹ ਸਕੀਏ ਆਪਣਾ ਘੱਟੋ ਘੱਟ ਜਿਹੜੇ ਸਾਡੇ ਸਿਲੇਬਸ ਨੇ ਉਹਦਾ ਮਟੀਰੀਅਲ ਹੀ ਨਹੀਂ ਮਿਲਦਾ ਸਾਨੂੰ ਲਾਇਬ੍ਰੇਰੀ 'ਚ ਇੱਥੇ ਕੁਛ ਕੰਪਿਊਟਰ ਹੈਗੇ ਨੇ ਨਾਮ ਲਈ ਪਰ ਉਹ ਚੱਲਦੇ ਨਹੀਂ ਗਏ ਜੇ ਕਿਸੇ ਦੀ ਮਾੜੀ ਮੋਟੀ ਕੋਈ ਕਮੀ ਰਹਿ ਜਾਏ ਤਾਂ ਉਹਨੂੰ ਪੇਪਰ 'ਚ ਨਹੀਂ ਬਹਿਣ ਦਿੰਦੇ ਅਸੀਂ ਜੇ ਪੜ੍ਹਦੇ ਵੀ ਹਾਂ ਤਾਂ ਸਾਨੂੰ ਨਹੀਂ ਪਤਾ ਹੁੰਦਾ ਸਾਡਾ ਪੇਪਰ ਹੋਊਗਾ ਵੀ ਕਿ ਨਹੀਂ ਹੋਸਟਲ ਵਿਜੂਅਲ ਇੰਪੇਅਰਡਸ ਨੂੰ ਬਹੁਤ ਘੱਟ ਦਿੱਤੇ ਜਾਂਦੇ ਆ ਕਈ ਡਿਪਾਰਟਮੈਂਟਸ ਬਿਲਕੁਲ ਵੀ ਨਹੀਂ ਦਿੰਦੇ ਗੇ RPD ਦੇ ਵਿੱਚ 5% ਦੀ ਰਿਜ਼ਰਵੇਸ਼ਨ ਦੀ ਆਲਰੇਡੀ ਗੱਲ ਕੀਤੀ ਗਈ ਹੈ ਤੇ ਵਾਈ ਨਾਟ ਯੂ ਆਰ ਟੇਕਿੰਗ ਸੀਰੀਅਸ ਦੀਸ ਚੀਜ਼ ਸਰ ਵੀ ਹੈਵ ਗਿਵਨ ਮੈਨੀ ਆਫ ਮੈਮੋਰੈਂਡਮਸ ਔਰ ਅਸੀਂ ਬਹੁਤ ਸਾਰੇ ਉਹਨਾਂ ਨੂੰ ਸੋਰਸਿਸ ਵੀ ਦਿੱਤੇ ਨੇ ਨਾਲ ਅਟੈਚ ਵੀ ਕੀਤਾ ਐਕਸ਼ਨ ਵੀ ਅਟੈਚ ਕੀਤਾ ਅਸੀਂ ਪਰ ਸਾਡੀ ਬਿਲਕੁਲ ਸੁਣੀ ਨਹੀਂ ਜਾਂਦੀ ਉਹਨੂੰ ਇਗਨੋਰ ਹੀ ਕਰ ਦਿੱਤਾ ਜਾਂਦਾ ਤੁਸੀਂ ਜੇ ਸਾਡਾ ਸਾਥ ਦੇਣ ਦਾ ਇਨਸਾਨੀਅਤ ਦੇ ਨਾਂ 'ਤੇ ਜ਼ਰੂਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਜੁੜੇ ਹੋਏ ਹੋ ਨੈਸ਼ਨਲ ਬਜ਼ ਦੇ ਨਾਲ ਖਾਸ ਤੌਰ 'ਤੇ ਅੱਜ ਅਸੀਂ PU ਦੇ ਵਿੱਚ ਸਟੂਡੈਂਟਸ ਦੀ ਜਿਹੜੀ ਇਲੈਕਸ਼ਨਸ ਨੇ ਉਹਨਾਂ ਦੇ ਬਾਰੇ ਵਿੱਚ ਗੱਲਾਂ ਕਰਦੇ ਫਿਰ ਰਹੇ ਸੀ ਸਾਰੀਆਂ ਪਾਰਟੀਆਂ ਦੇ ਨਾਲ ਪਰ ਇੱਥੇ ਕੁਝ ਸਾਡੇ ਸਾਥੀ ਅਜਿਹੇ ਨੇ ਜੋ ਵਿਜ਼ੂਅਲੀ ਇੰਪੇਅਰਡ ਨੇ ਅਤੇ ਉਹਨਾਂ ਦੇ ਵੱਲੋਂ ਗੱਲਬਾਤ ਜਿਹੜੀ ਹੈਗੀ ਹੈ ਕੁਝ ਚੀਜ਼ਾਂ ਨੇ ਕੁਝ ਮੁੱਦੇ ਨੇ ਉਹਨਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਸਾਡੇ ਨਾਲ ਹੈਗੇ ਨੇ ਇਸ ਵਕਤ ਜਿਹੜੇ ਭਾਈ ਸਾਹਿਬ ਜੋ ਬੈਠੇ ਨੇ ਇਸ ਵਕਤ ਮੇਰੇ ਨਾਲ ਇਹਨੇ ਰੋਹਿਤ ਜੀ ਤਾਂ ਰੋਹਿਤ ਜੀ ਕੀ ਇਸ ਤਰ੍ਹਾਂ ਦੇ ਮਸਲੇ ਨੇ ਕੀ ਗੱਲਾਂ ਨੇ ਜੋ ਤੁਹਾਨੂੰ ਮਜਬੂਰ ਹੋਣਾ ਪੈ ਗਿਆ ਇੱਥੇ ਇਸ ਪੋਸਟਰ ਦੇ ਉੱਪਰ ਕੁਝ ਗੱਲਾਂ ਲਿਖ ਕੇ ਕੀ ਮੰਗਾਂ ਨੇ ਕੀ ਗੱਲਾਂ ਨੇ ਕਿਉਂ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਸਰ ਸਾਡੀਆਂ ਬਿਲਕੁਲ ਬੇਸਿਕ ਡਿਮਾਂਡਸ ਨੇ ਜਿਹੜੀਆਂ ਕਿ ਇੱਕ ਨੋਰਮਲ ਸਟੂਡੈਂਟਸ ਨੂੰ ਫੈਸਿਲਿਟੀਜ਼ ਮਿਲਦੀਆਂ ਅਸੀਂ ਉਹ ਡਿਮਾਂਡ ਕਰ ਰਹੇ ਹਾਂ ਪਿਛਲੇ 6 ਸਾਲ ਤੋਂ ਪਰ ਸਾਨੂੰ ਉਹਨਾਂ 'ਚ ਉਹ ਵੀ ਨਹੀਂ ਮਿਲਦੀਆਂ ਸਾਡੇ ਇੱਥੇ ਇੰਨਾ ਜ਼ਿਆਦਾ ਲੈਕ ਆਫ ਸਟੱਡੀ ਮਟੀਰੀਅਲ ਆ ਕਿ ਇੱਥੇ ਏਸੀ ਜੋਸ਼ ਲਾਇਬ੍ਰੇਰੀ ਆ ਉੱਥੇ ਜਾ ਕੇ ਅਸੀਂ ਪੜ੍ਹ ਹੀ ਨਹੀਂ ਸਕਦੇ ਸਾਡੇ ਲਈ ਕੋਈ ਬੁੱਕ ਨਹੀਂ ਹੈਗੀ ਕੁਝ ਡਿਵਾਈਸਿਸ ਨਹੀਂ ਹੈਗੀਆਂ ਦੂਜੀ ਗੱਲ ਇੱਥੇ ਕੈਂਪਸ ਦੀ ਫਿਜ਼ੀਕਲ ਐਕਸੈਸੀਬਿਲਟੀ ਆ ਉੱਥੇ ਇੱਕ ਵਿਜੂਅਲ ਇੰਪੇਅਰਡ ਬੰਦਾ ਚੱਲ ਨਹੀਂ ਸਕਦਾ ਇੰਡੀਪੈਂਡੈਂਟਲੀ ਇੰਨੇ ਜ਼ਿਆਦਾ ਰਸਤੇ 'ਚ ਉਹ ਨਹੀਂ ਹੈ ਪੇੜ ਵਗੈਰਾ ਨੇ ਪੋਲਸ ਲਾਏ ਹੋਏ ਆ ਜਗ੍ਹਾ ਜਗ੍ਹਾ 'ਤੇ ਅਤੇ ਨਾ ਸਾਨੂੰ ਇੱਥੇ ਰਾਈਟਰ ਮਿਲਦਾ ਐਗਜ਼ਾਮ ਲਈ ਜਿਹੜਾ ਅਸੀਂ ਰਾਈਟਰ ਲੈਣਾ ਹੁੰਦਾ ਉਹਦਾ ਪ੍ਰੋਸੀਜਰ ਬਹੁਤ ਜ਼ਿਆਦਾ ਲੰਬਾ ਚੌੜਾ ਉਹ 'ਚ ਸਾਰਾ ਦਿਨ ਲੰਘ ਜਾਂਦਾ ਸਾਡਾ ਕਦੇ ਤੁਸੀਂ ਇਸ ਦੇ ਬਾਰੇ ਵਿੱਚ ਕਦੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਜਿਹੜੇ ਡਿਪਾਰਟਮੈਂਟ ਨੇ ਜਾਂ ਤੁਹਾਡੇ ਜਿਹੜੇ ਸੰਬੰਧਿਤ ਅਧਿਕਾਰੀ ਹੈਗੇ ਨੇ ਇੱਥੋਂ ਦੇ ਸਰ ਅਸੀਂ ਲਗਭਗ 5-6 ਸਾਲ ਤੋਂ ਮੈਮੋਰੈਂਡਮਸ ਦੇ ਰਹੇ ਹਾਂ ਇਹਨਾਂ ਨੂੰ ਮੀਟਿੰਗਸ ਹੋ ਜਾਂਦੀਆਂ ਨੇ ਮੀਟਿੰਗਸ ਆਸ਼ਵਾਸਨ ਦੇ ਦਿੱਤੇ ਜਾਂਦੇ ਆ ਕਿ ਅਸੀਂ ਇਹਨਾਂ ਨੂੰ ਸੋਲਵ ਕਰ ਲਾਂਗੇ ਪਰ ਹਫ਼ਤੇ ਵੀ ਜਾਂਦੇ ਆ ਮਹੀਨੇ ਵੀ ਜਾਂਦੇ ਆ ਸਾਲ ਵੀ ਜਾਂਦੇ ਆ ਅੱਜ ਤੱਕ ਸਾਨੂੰ ਇੱਕ ਵੀ ਮੰਗ ਨਹੀਂ ਹੈਗੀ ਜਿਹੜੀ ਸਾਡੀ ਪੂਰੀ ਹੋਈ ਹੋਵੇ ਅਤੇ ਹੁਣ ਜਿਹੜੀਆਂ ਮੰਗਾਂ ਨੇ ਤੁਹਾਡੇ ਵੱਲੋਂ ਇਸ ਮਤਲਬ ਪੋਸਟਰ ਦੇ ਉੱਪਰ ਲਿਖੀਆਂ ਹੋਈਆਂ ਨੇ ਤਾਂ ਉਹ ਮੰਗਾਂ ਕੀ ਨੇ ਮੈਂ ਚਾਹੂੰਗਾ ਕਿ ਆਪਾਂ ਪੜ੍ਹ ਕੇ ਸੁਣਾਉਣ ਦੀ ਬਜਾਏ ਤੁਸੀਂ ਆਪ ਹੀ ਦੱਸ ਦਿਓ ਕੀ ਮੰਗਾਂ ਨੇ ਕਿਹੜੀਆਂ ਗੱਲਾਂ ਨੇ ਜਿਹੜੀਆਂ ਦੇ ਉੱਪਰ ਤੁਸੀਂ ਧਿਆਨ ਦਿਵਾਉਣਾ ਚਾਹੁੰਦੇ ਹੋ ਸਰ ਮੰਗਾਂ ਸਾਡੀ ਇਹੀ ਹੈ ਕਿ ਅਸੀਂ ਸਟੂਡੈਂਟ ਹਾਂ ਇੱਥੇ ਪਹਿਲੀ ਗੱਲ ਤਾਂ ਸਾਡੇ ਲਈ ਲਾਇਬ੍ਰੇਰੀ 'ਚ ਕੁਛ ਰਿਸੋਰਸਿਸ ਹੋਣ ਜਿਨ੍ਹਾਂ ਨੂੰ ਕਰਕੇ ਅਸੀਂ ਪੜ੍ਹ ਸਕੀਏ ਆਪਣਾ ਘੱਟੋ ਘੱਟ ਕਿਉਂਕਿ ਜਿਹੜੇ ਸਾਡੇ ਸਿਲੇਬਸ ਨੇ ਉਹਦਾ ਮਟੀਰੀਅਲ ਹੀ ਨਹੀਂ ਮਿਲਦਾ ਸਾਨੂੰ ਲਾਇਬ੍ਰੇਰੀ 'ਚ ਬ੍ਰੇਲ ਲੈਂਗੁਏਜ ਦੇ ਵਿੱਚ ਹਾਂਜੀ ਅਤੇ ਦੂਜੀ ਗੱਲ ਇੱਥੇ ਕੁਛ ਕੰਪਿਊਟਰ ਹੈਗੇ ਨੇ ਨਾਮ ਲਈ ਪਰ ਉਹ ਚੱਲਦੇ ਨਹੀਂ ਗੇ ਜਿਨ੍ਹਾਂ ਤੋਂ ਅਸੀਂ ਮਤਲਬ ਸਟੱਡੀ ਕਰਨੀ ਹੁੰਦੀ ਹੈ ਆਪਦੀ ਜਾਂ ਕੁਛ ਚੀਜ਼ਾਂ ਸਕੈਨ ਕਰਕੇ ਅਸੀਂ ਉਹਨੇ ਈ ਟੈਕਸਟ ਬਣਾਉਣਾ ਹੁੰਦਾ PDFs ਤਾਂ ਕਿ ਅਸੀਂ ਉਹਨੂੰ ਫੋਨ 'ਤੇ ਪੜ੍ਹ ਸਕੀਏ ਉਹ ਚੀਜ਼ਾਂ ਨਹੀਂ ਹੈਗੇ ਲਾਇਬ੍ਰੇਰੀ ਦੀ ਪ੍ਰੋਬਲਮ ਆ ਦੂਜੀ ਗੱਲ ਫਿਜ਼ੀਕਲ ਐਕਸੈਸੀਬਿਲਟੀ ਦੀ ਮੈਂ ਦੱਸ ਹੀ ਚੁੱਕਿਆ ਪਹਿਲਾਂ ਇੱਥੇ ਫਿਰ ਰਾਈਟਰਸ ਨੂੰ ਲੈ ਕੇ ਆ ਪ੍ਰੋਸੀਜਰ ਸਿੰਪਲ ਕੀਤਾ ਜਾਵੇ ਉਹਨੂੰ ਤਾਂ ਕਿ ਕੋਈ ਵੀ ਬੱਚਾ ਕਿਉਂਕਿ ਰਾਈਟਰ ਦਾ ਇਹ ਹੁੰਦਾ ਕਿ ਜੇ ਕਿਸੇ ਦੀ ਮਾੜੀ ਮੋਟੀ ਵੀ ਕੋਈ ਕਮੀ ਰਹਿ ਜਾਏ ਤਾਂ ਉਹਨੂੰ ਪੇਪਰ 'ਚ ਨਹੀਂ ਬਹਿਣ ਦਿੰਦੇ ਅਤੇ ਬਹੁਤ ਸਾਰੇ ਸਟੂਡੈਂਟਸ ਹੈਗੇ ਜਿਨ੍ਹਾਂ ਦੇ ਸਿਰਫ ਇਸ ਰੀਜ਼ਨ ਕਰਕੇ ਰੀ ਆ ਜਾਂਦੀਆਂ ਨੇ ਅਤੇ ਅਸੀਂ ਜੇ ਪੜ੍ਹਦੇ ਵੀ ਹਾਂ ਤਾਂ ਸਾਨੂੰ ਨਹੀਂ ਪਤਾ ਹੁੰਦਾ ਸਾਡਾ ਪੇਪਰ ਹੋਊਗਾ ਵੀ ਕਿ ਨਹੀਂ ਇਹ ਚੀਜ਼ ਨੂੰ ਸਿੰਪਲੀਫਾਈ ਕੀਤਾ ਜਾਵੇ ਬਾਕੀ ਹੋਸਟਲ ਆ ਹੋਸਟਲ ਵਿਜੂਅਲ ਇੰਪੇਅਰਡਸ ਨੂੰ ਬਹੁਤ ਘੱਟ ਦਿੱਤੇ ਜਾਂਦੇ ਆ ਕਈ ਡਿਪਾਰਟਮੈਂਟਸ ਬਿਲਕੁਲ ਵੀ ਨਹੀਂ ਦਿੰਦੇ ਗੇ
ਕਹਿ ਦਿੰਦੇ ਸਾਡੇ ਕੋਲ ਕੋਟਾ ਹੀ ਨਹੀਂ ਹੈਗਾ, ਸੀਟਸ ਨਹੀਂ ਹੈਗੀਆਂ। ਨਹੀਂ ਕੋਟਾ ਨਹੀਂ ਹੈਗਾ, ਸੀਟਸ ਨਹੀਂ ਹੈਗੀ, ਇਹਦਾ ਕੀ ਮਤਲਬ ਬਣਦਾ? ਜਦੋਂ ਆਲਰੇਡੀ ਮਤਲਬ ਇਹਦੇ ਬਾਰੇ 'ਚ ਜ਼ਿਕਰ ਹੁੰਦੇ ਰਹੇ ਨੇ ਕਿ ਅਸੀਂ ਜਿਹੜੇ ਵੀ ਪਰਸਨ ਵਿਦ ਡਿਸੇਬਿਲਿਟੀ ਹੈਗੇ ਨੇ ਉਹਨਾਂ ਦੇ ਪੱਖ ਦੇ ਵਿੱਚ ਹਮੇਸ਼ਾ ਹਰ ਤਰ੍ਹਾਂ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹ ਬਣਾਉਂਦੇ ਰਹਾਂਗੇ, ਤਾਂ ਫਿਰ ਕੋਟਾ ਹੋਣ ਜਾਂ ਨਾ ਹੋਣ ਦੀ ਤੁਕਬੰਦੀ 'ਤੇ ਕੀ ਗੱਲ ਬਣਦੀ ਹੈ? ਬਿਲਕੁਲ ਸਰ, ਉਹ ਇਸ ਕੁਸ਼ਚਨ ਸਾਡਾ ਆਰਪੀਡੀ ਐਕਟ ਆ ਜਿਹੜੀ ਆਪਣੀ 2016 ਦੀ, ਉਹਦੇ 'ਚ ਕਲੀਅਰਲੀ ਮੈਨਸ਼ਨ ਆ ਕਿ ਘੱਟੋ ਘੱਟ 5% ਰਿਜ਼ਰਵੇਸ਼ਨ ਹੋਣੀ ਚਾਹੀਦੀ ਆ ਐਡਮਿਸ਼ਨਸ 'ਚ ਅਤੇ ਹੋਸਟਲ 'ਚ ਵੀ। ਪਰ ਕਈ ਡਿਪਾਰਟਮੈਂਟ ਬਿਲਕੁਲ ਵੀ ਨਹੀਂ ਦਿੰਦੇ ਗਏ। ਪਰ ਤੁਸੀਂ ਕਦੇ ਇਸ ਚੀਜ਼ ਦਾ ਹਵਾਲਾ ਨਹੀਂ ਦਿੱਤਾ ਕਿ ਆਰਪੀਡੀ ਦੇ ਵਿੱਚ 5% ਦੀ ਰਿਜ਼ਰਵੇਸ਼ਨ ਦੀ ਆਲਰੇਡੀ ਗੱਲ ਕੀਤੀ ਗਈ ਹੈ, ਅਤੇ ਵਾਈ ਨੋਟ ਯੂ ਆਰ ਟੇਕਿੰਗ ਸੀਰੀਅਸ ਦੀਸ ਚੀਜ਼? ਸਰ, ਵੀ ਹੈਵ ਗਿਵਨ ਮੈਨੀ ਆਫ ਮੈਮੋਰੈਂਡਮਸ, ਔਰ ਅਸੀਂ ਬਹੁਤ ਸਾਰੇ ਉਹਨਾਂ ਨੂੰ ਸੋਰਸਿਸ ਵੀ ਦਿੱਤੇ ਨੇ, ਨਾਲ ਅਟੈਚ ਵੀ ਕੀਤਾ, ਐਕਟਸ ਨੂੰ ਵੀ ਅਟੈਚ ਕੀਤਾ ਅਸੀਂ, ਪਰ ਸਾਡੀ ਬਿਲਕੁਲ ਸੁਣੀ ਨਹੀਂ ਜਾਂਦੀ, ਉਹਨੂੰ ਇਗਨੋਰ ਹੀ ਕਰ ਦਿੱਤਾ ਜਾਂਦਾ, ਕਿਉਂਕਿ ਮੇ ਬੀ ਸਾਡੀ ਇੱਥੇ ਸਟਰੈਂਥ ਘੱਟ ਆ ਤਾਂ, ਜਾਂ ਅਸੀਂ ਇੱਕ ਮਾਈਨੋਰਿਟੀ ਹਾਂ ਸ਼ਾਇਦ ਤਾਂ ਕਰਕੇ, ਇਸ ਕਰਕੇ ਹਮੇਸ਼ਾ ਇਗਨੋਰ ਕੀਤਾ ਗਿਆ, ਅਤੇ ਅਸੀਂ ਮਜਬੂਰ ਹੋ ਕੇ ਇਹ ਸਟੈਪ ਚੱਕੇ ਆ। ਅਤੇ ਹੁਣ PU ਦੇ ਵਿੱਚ ਇਲੈਕਸ਼ਨ ਚੱਲ ਰਹੇ ਨੇ, ਇੱਕ ਪਾਸੇ ਚਾਰੋਂ ਪਾਸੇ ਰੋਲੇ ਰੱਪੇ ਪੈ ਰਹੇ ਨੇ, ਅਤੇ ਤੁਹਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਕੁਝ ਸੁਣ ਰਿਹਾ ਜਾਂ ਨਹੀਂ ਲੱਗਦਾ? ਨਹੀਂ, ਹਜੇ ਤਾਂ ਸਾਨੂੰ 2 ਦਿਨ ਹੋਏ ਨੇ, ਅੱਜ ਦੂਜਾ ਦਿਨ ਆ ਸਾਡਾ, ਅਤੇ ਬੈਠੇ ਆ ਜਦੋਂ ਤੱਕ ਨਹੀਂ ਸੁਣਨਗੇ। ਬਾਕੀ ਸਾਡੀ ਇੱਕ ਜਿਹੜੀ ਸਭ ਤੋਂ ਮੇਨ ਸਾਡਾ ਉਹ ਆ ਕਿ ਅਸੀਂ ਆਪਣੇ ਪ੍ਰੋਟੈਸਟ ਨੂੰ ਅਨਪੋਲੀਟੀਸਾਈਜ਼ ਹੀ ਰੱਖਣਾ, ਅਸੀਂ ਕਿਸੇ ਵੀ ਪਾਰਟੀ ਨੂੰ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਨਾਲ ਆਓ। ਹਾਂ, ਇੰਡੀਵਿਜੁਅਲੀ ਤੁਸੀਂ ਆਉਂਦੇ ਹੋ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਾਂਗੇ, ਵੈਲਕਮ ਵੀ ਕਰਾਂਗੇ, ਬਟ ਅਸੀਂ ਕਿਸੇ ਪਾਰਟੀ ਦਾ ਸਾਥ ਨਹੀਂ ਲੈਣਾ ਚਾਹੁੰਦੇ। ਵਿਜੁਅਲੀ ਇੰਪੇਅਰਡਸ ਦਾ ਪ੍ਰੋਟੈਸਟ ਆ, ਅਤੇ ਸ਼ੁਰੂ ਤੋਂ ਇੰਡੀਪੈਂਡੈਂਟ ਰਿਹਾ, ਅਸੀਂ ਚਾਹੁੰਦੇ ਅੱਗੇ ਵੀ ਇੰਡੀਪੈਂਡੈਂਟ ਹੀ ਰਹੇ। ਠੀਕ ਹੈ, ਇਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਹੈ ਰੋਹਿਤ ਜੀ ਨੇ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਜੁੜ ਕੇ ਆਪਣੇ ਕੰਮ ਨੂੰ ਨਹੀਂ ਵੇਖਦੇ, ਅਤੇ ਨਾ ਹੀ ਉਹਨਾਂ ਤੋਂ ਅਸੀਂ ਕੋਈ ਮੰਗ ਵਗੈਰਾ ਕਰਦੇ ਹਾਂ। ਅਸੀਂ ਸਿਰਫ ਉਹਨਾਂ ਲੋਕਾਂ ਨੂੰ ਹੀ ਕਹਾਂਗੇ ਕਿ ਸਾਡੇ ਨਾਲ ਆਓ ਜਿਹੜੇ ਰਾਜਨੀਤੀ ਤੋਂ ਦੂਰ ਹੋ ਕੇ ਸਾਡੇ ਨਾਲ ਆ ਕੇ ਬੈਠ ਕੇ ਹੱਕ ਦੀ ਗੱਲ ਕਰਨਾ ਚਾਹੁੰਦੇ ਨੇ, ਅਤੇ ਸਾਡੇ ਨਾਲ ਕੁਝ ਇਸ ਤਰ੍ਹਾਂ ਦੇ ਸਾਥੀ ਵੀ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਪਰ ਅਖੀਰ ਦੇ ਵਿੱਚ ਮੈਂ ਚਾਹੂੰਗਾ ਕਿ ਕੁਝ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਤੁਸੀਂ ਜ਼ਿਕਰ ਕਰ ਦਿਓ ਕਿ ਕੀ ਹੋਰ ਇਸ ਤੋਂ ਇਲਾਵਾ ਮੰਗਾਂ ਨੇ। ਬਸ ਸਾਰੀਆਂ ਮੇਨ ਮੰਗਾਂ ਸਾਡੀਆਂ ਇਹ ਜੈਨੂਅਨ ਮੰਗਾਂ ਨੇ ਬਿਲਕੁਲ, ਇਹਦੇ 'ਚ ਹੋਰ ਕੁਝ ਕਲੋਜ਼ ਹੈਗੇ ਨੇ, ਬਸ ਆ ਤੁਸੀਂ ਦੇਖ ਸਕਦੇ ਹੋ ਜੀ। ਮੈਂ ਗੁਜ਼ਾਰਿਸ਼ ਕਰੂੰਗਾ ਕੈਮਰਾਮੈਨ ਨੂੰ ਕਿ ਪਲੀਜ਼ ਇਸ ਪੋਸਟਰ ਦੇ ਉੱਪਰ ਫੋਕਸ ਕਰੋ ਜਿੱਥੇ ਇਹਨਾਂ ਨੇ ਲਿਖਿਆ ਕਿ ਵੀ ਵਾਂਟ ਓਪਰਚੁਨਿਟੀ ਨੋਟ ਚੈਰਿਟੀ ਪਿਟੀ, ਇੰਟੀਗ੍ਰੇਸ਼ਨ ਨੋਟ ਸੈਗਰੇਸ਼ਨ, ਇਕੁਆਲਿਟੀ ਨੋਟ ਡਿਪਰਵੇਸ਼ਨ, ਐਮਪੈਥੀ ਨੋਟ ਸਿੰਪਥੀ, ਇਨਕਲੂਜ਼ਨ ਨੋਟ ਐਕਸਕਲੂਜ਼ਨ, ਅਤੇ ਹਿੰਦੀ 'ਚ ਲਿਖਿਆ ਹਮਾਰੀ ਵੀ ਕੋਈ ਸੁਣੋ, ਹਮ ਵੀ ਇਸ ਯੂਨੀਵਰਸਿਟੀ ਕੇ ਵਿਦਿਆਰਥੀ ਹੈ। ਤਾਂ ਉਮੀਦ ਕਰਦੇ ਹਾਂ ਕਿ ਜਿਹੜੇ PU ਦੇ ਵਿੱਚ ਜਿਹੜੇ ਵੀ ਆਲਾ ਅਧਿਕਾਰੀ ਨੇ, ਪ੍ਰਸ਼ਾਸਨ ਦੇ ਨਾਲ ਜੁੜੇ ਹੋਏ ਲੋਕ ਨੇ, ਉਹ ਇਹਨਾਂ ਦੀਆਂ ਮੰਗਾਂ ਦੇ ਉੱਪਰ ਜ਼ਰੂਰ ਧਿਆਨ ਦੇਣਗੇ ਜੀ। ਕੁਝ ਹੋਰ ਇਸ ਤੋਂ ਇਲਾਵਾ ਕੋਈ ਦਰਖਾਸਤ ਕਰਨੀ ਚਾਹੂੰ? ਬਸ ਦਰਖਾਸਤ ਇਹੀ ਕਰੂੰਗਾ ਕਿ ਸਾਡੇ ਨਾਲ ਜ਼ਰੂਰ ਆਓ, ਇਨਸਾਨੀਅਤ ਦੇ ਨਾਤੇ ਆਓ, ਸਭ ਕੁਝ ਛੱਡ ਕੇ ਜੇ ਤੁਸੀਂ ਸਾਡੇ ਨਾਲ ਆਓਗੇ ਤਾਂ, ਕਿਉਂਕਿ ਸਾਡੀਆਂ ਕੋਈ ਉਹੋ ਜਿਹੀਆਂ ਮੰਗਾਂ ਨਹੀਂ ਹੈਗੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਲੰਬੀਆਂ ਚੌੜੀਆਂ ਨੇ ਜਾਂ ਅਨਜੈਨੂਅਨ ਨੇ, ਬਿਲਕੁਲ ਬੇਸਿਕ ਇੱਕ ਜਿਹੜੇ ਹਿਊਮਨ ਰਾਈਟਸ ਹੁੰਦੇ ਆ, ਅਸੀਂ ਉਹੀ ਆਪਣੇ ਮੰਗ ਰਹੇ ਹਾਂ, ਸਾਨੂੰ ਉਹੀ ਨਹੀਂ ਦਿੱਤੇ ਜਾ ਰਹੇ, ਤਾਂ ਤੁਸੀਂ ਜੇ ਸਾਡਾ ਸਾਥ ਦੇਣ ਦਾ ਇਨਸਾਨੀਅਤ ਦੇ ਨਾਂ 'ਤੇ ਜ਼ਰੂਰ ਦਿਓ ਜੀ। ਤੁਹਾਨੂੰ ਲੱਗਦਾ ਕਿ ਤੁਹਾਡੇ ਜਿਹੜੇ ਹਿਊਮਨ ਰਾਈਟਸ ਹੈਗੇ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ? ਬਿਲਕੁਲ ਜੀ। ਤਾਂ ਅਸੀਂ ਤੁਹਾਡਾ ਜਿਹੜਾ ਹੈਗਾ, ਤੁਹਾਡੀ ਸਾਰੇ ਨਾਲ ਗੱਲ ਕੀਤੀ ਹੈ ਅਤੇ ਤੁਹਾਡਾ ਕੀਮਤੀ ਵਕਤ ਸਾਡੇ ਨਾਲ ਸਾਂਝਾ ਕੀਤਾ, ਉਹਦੇ ਵਾਸਤੇ ਰੋਹਿਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਧੰਨਵਾਦ। ਅੱਛਾ, ਸਾਡੇ ਨਾਲ ਕੁਝ ਹੋਰ ਵੀ ਸਾਥੀ ਨੇ, ਅਸੀਂ ਰੋਹਿਤ ਜੀ ਦੇ ਨਾਲ ਤਾਂ ਗੱਲ ਕਰ ਲਈ, ਅਸੀਂ ਹੁਣ ਉਹਨਾਂ ਨਾਲ ਵੀ ਗੱਲ ਕਰਾਂਗੇ। ਉਹ ਕਹਿੰਦੇ ਕਿ ਸਾਡੀਆਂ ਜਿਹੜੀਆਂ ਖਾਸ ਤੌਰ 'ਤੇ ਮਤਲਬ ਮੇਨ ਗੱਲ ਹੈ ਉਹ ਤਾਂ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਨੂੰ ਰਾਜਨੀਤਿਕ ਜਿਹੜਾ ਰੰਗ ਹੈ ਰੰਗਤ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਹ ਤੁਸੀਂ ਕਿਸ ਸੋਚ ਦੇ ਨਾਲ ਆ ਕੇ ਉਹਨਾਂ ਦੇ ਨਾਲ ਬੈਠੇ ਹੋ? ਇਸ ਚੀਜ਼ ਕਿ ਦੇਖੋ, ਬਹੁਤ ਹੀ ਜਾਇਜ਼ ਡਿਮਾਂਡ ਹੈ, ਕੋਈ ਹੈਲਪਲੈਸ ਹੈ ਉਸਕੀ ਹੈਲਪ ਕੇ ਲਿਏ ਆਏ ਹਾਂ। ਇਸਮੇ ਆਗੇ ਪਿੱਛੇ ਕੋਈ ਸੋਚ ਵਾਲੀ ਤਾਂ ਕੋਈ ਬਾਤ ਹੀ ਨਹੀਂ, ਆਪ ਕੁਝ ਸੋਚ ਹੀ ਨਹੀਂ ਸਕਦੇ ਹੋ। ਕੋਈ ਆਪਣੇ ਸਾਹਮਣੇ ਬੈਠਾ ਔਰ ਆਪਕੋ ਦਿਖ ਰਿਹਾ ਕਿ ਉਸਕੀ ਡਿਮਾਂਡ ਹੈ, ਉਹ ਜਾਇਜ਼ ਹੈ, ਔਰ ਆਪ ਉਸਕੀ ਹੈਲਪ ਕਰਨ ਕੇ ਲਈ ਆਗੇ ਹੋ ਬਸ। ਕਿ ਯੂਨੀਵਰਸਿਟੀ ਦੇ 'ਚ ਇਸ ਵਕਤ PU ਦੀਆਂ ਜਿਹੜੀਆਂ ਇਲੈਕਸ਼ਨ ਚੱਲ ਰਹੀਆਂ ਨੇ, ਇਹਨਾਂ ਦੇ ਨਾਲ ਤੁਹਾਡੇ ਪ੍ਰੋਟੈਸਟ ਨੂੰ ਕੋਈ ਫਰਕ ਵਗੈਰਾ ਪੈਂਦਾ ਜਾਂ ਨਹੀਂ? ਨਹੀਂ, ਇਸ ਚੀਜ਼ ਕਿਉਂ ਫਰਕ ਪੜੇਗਾ? ਇਹ ਚੀਜ਼ ਜਬਕਿ ਔਰ ਪੋਲੀਟੀਕਲ ਪਾਰਟੀਜ਼ ਕੋ ਦੇਖਣੀ ਚਾਹੀਏ ਕਿ ਭਾਈ ਕੋਈ ਵਿਜੁਅਲੀ ਇੰਪੇਅਰਡ ਜਾਂ PWD ਸਟੂਡੈਂਟਸ ਬੈਠੇ ਹੈ, ਥੋੜ੍ਹਾ ਜਿਹਾ ਲਿਹਾਜ਼ ਕੀਆ ਜਾਏ। ਡੋਂਟ ਯੂ ਥਿੰਕ ਕਿ ਜਿਵੇਂ ਅਗਰ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਰੱਖੀਆਂ ਨੇ ਕਿ ਆਹ ਵਾਲੀ ਚੀਜ਼ਾਂ ਦੇ ਉੱਪਰ ਧਿਆਨ ਦਿੱਤਾ ਜਾਵੇ, ਫਲਾਂ ਚੀਜ਼ ਦੇ ਉੱਪਰ ਧਿਆਨ ਦਿੱਤਾ ਜਾਵੇ, ਅਸੀਂ ਇਕੁਐਲਿਟੀ ਦੇ ਉੱਪਰ ਗੱਲ ਕਰਾਂਗੇ, ਵੁਮਨ ਇੰਪਾਵਰਮੈਂਟ ਦੀ ਗੱਲ ਕਰਾਂਗੇ, ਤਾਂ ਕਿਤੇ ਨਾ ਕਿਤੇ ਵਿਜੁਅਲੀ ਇੰਪੇਅਰਡ ਨੇ ਜਾਂ ਜੋ ਵੀ ਪਰਸਨ ਵਿਦ ਡਿਸੇਬਿਲਿਟੀ ਨੇ ਉਹਨਾਂ ਦੀ ਮਤਲਬ ਗੱਲਾਂ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾ ਸਕਦਾ ਸੀ।
हाँ रखना चाहिए था, बट अब वो इंडिविजुअली आगे अगर आगे आके अपनी बात रखना चाहते हैं तो बहुत अच्छी बात है कि हम पॉलिटिकली कुछ नहीं कर रहे, हम कहीं पे भी जाके अपना प्रमोशन नहीं कर रहे, हम नॉर्मल स्टूडेंट्स हैं, हम विजुअली इम्पेयर्ड हैं, हम अपनी डिमांड्स रख रहे हैं और अथॉरिटी को वो सुननी चाहिए. और बाकी नॉर्मल स्टूडेंट चाहे वो पॉलिटिकल हो चाहे अपॉलिटिकल हो, सबको आगे आके यहाँ पे बैठना चाहिए और देखना चाहिए कि भाई मिलजुट के सारे इकट्ठे हों और आके उनकी मदद करें, अथॉरिटी को आवाज़ लगाएं कि भाई क्या कर रहे हो तुम. बहुत सिंपल सी बात है. वाइस चांसलर नू मुलाकात करने का कोई प्लान है? कदे मुलाकात करके उन्हां नाल इन्हां दी जिहड़ियां परेशानियां ने उन्हां ध्यान दे विच दिया जाए? या मतलब क्यों नहीं होगा, वाइस चांसलर तो अथॉरिटी है, उन्हीं को करना चाहिए है कि नहीं? कोई प्लान बनाया नाल जुड़ के इन्हां दे नाल कि उन्हां नाल जाके गल करा? समबडी हु कैन मेक अ प्लान. मैं एक स्टूडेंट हूँ और मैं एक एज अ स्टूडेंट, क्योंकि ये भी मेरी ही यूनिवर्सिटी के स्टूडेंट है, मैं भी यूनिवर्सिटी की स्टूडेंट हूँ, मैंने इनको देखा ये प्रॉब्लम. जरूरी नहीं है कि कोई बंदा ताकत दे विच हुई होवे तां ही जाके कोई हेल्प करदा. आपां आम स्टूडेंट्स ही हैं सारे जने, तो आपां आम स्टूडेंट्स होके ही अगे जाके गल करांगे. तो उस दे वास्ते कह रहे हैं कि कोई इकट्ठे होके जुड़ के अगे जाण दा प्लान हैगा कि हाँ जी इन्हां दी आवाज़ बुलंद करवावांगे? हाँ प्लान तो ज़रूर है, क्योंकि अथॉरिटी तो वही है ना, तो प्लान तो अभी बनाएंगे, देखेंगे. अगर हमारे यहाँ बैठने से हमारी डिमांड पूरी नहीं होती है हमारे स्टूडेंट्स की, तो हम आगे जाके बात भी कर सकते हैं और करनी पड़ेगी अगर डिमांड पूरी नहीं होती है तो. ठीक है, तो बहुत बहुत शुक्रिया तुसी अपना सारा ने कीमती वक्त दिता. थैंक यू सो मच. थैंक यू. जिवें इलैक्शन तो चल रहे हैं, इलैक्शन के नाल नाल एक होर जिहड़ा मौजू है, एक होर विशा है, वह भी बहुत ज़्यादा चर्चावां दे विच है. तो जिहड़ा विशा है वह तुहाडे सामने है, वी वांट जस्टिस. इन्हां नूं जस्टिस जिहड़ा हैगा चाहिए है, किस चीज़ के करके चाहिए है, वह बहुत बुनियादी जरूरत है, बहुत बुनियादी चीज़ है. और वह चीज़ की है कि जस्टिस जिहड़ा हैगा है चाहिए है इक्वालिटी का. इक्वालिटी किस चीज़ के वास्ते? अपनी जरूरत दी चीज़ा जिहड़ियां हैगियां ने उन्हां दे वास्ते. एक विजुअल इंपैर्ड जिहड़ा एक शख्स हैगा उहदे वास्ते जिहड़ियां बुनियादी जरूरतां ने उहदी स्टडी दे वास्ते, उहदी तरक्की दे वास्ते, उहदी डिवेलपमेंट दे वास्ते, उहनां दे वास्ते ही इहनां दे वल्लों एक मंग रखी गई है. तो उम्मीद करदे हां कि प्रशासन अतै खास तौर पर इत्थों दे जिहड़े वाइस चांसलर साहब ने उह उहनां दीआं मंगां दे उपर गौर फिकर करनगे ते आउण वाले वक्त विच इहनां नूं जल्द तो जल्द इंसाफ दिवाउणगे ते इहनां दीआं जिहड़ियां वी जरूरतां ने उहनां नूं पूरियां जरूर करनगे. अतै इस दे नाल ही मैनूं यानी कि इम्तियाज़ ब्रांड नूं दिओ इजाज़त. सत श्री अकाल.